ਤੇ ਇਸ ਗੁਟਕੇ ਦੀ ਖਾਸੀਅਤ ਜਿਹੜੀ ਹੈ ਇੱਕ ਵਾਰੀ ਫੇਰ ਦੱਸ ਦਈਏ ਕਿ ਨਾ ਅੱਗ ਲੱਗ ਸਕਦੀ ਹੈ, ਨਾ ਇਹਨਾਂ ਦੇ ਜਿਹੜੇ ਅੰਗ ਨੇ ਜਿਹੜੇ ਵਰਕੇ ਨੇ ਇਹਨਾਂ ਨੂੰ ਪਾੜਿਆ ਜਾ ਸਕਦਾ ਹੈ, ਨਾ ਹੀ ਇਹ ਪਾਣੀ ਨਾਲ ਗਿੱਲੇ ਹੋ ਸਕਦੇ ਨੇ, ਨਾ ਇਹ ਪਾਣੀ 'ਚ ਖਰਾਬ ਹੁੰਦੇ ਨੇ। ਸੋ ਇੰਨਾ ਜ਼ਿਆਦਾ ਸ਼ਾਨਦਾਰ ਸੁਰੱਖਿਅਤ ਹੈ ਅਤੇ ਬੇਅਦਬੀ ਵਰਗੀਆਂ ਘਟਨਾਵਾਂ ਵੀ ਮੁੜ ਕਦੇ ਨਹੀਂ ਵਾਪਰ ਗਿਆ। ਪਿਛਲੇ ਸਮੇਂ ਦੇ ਦੌਰਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਵਾਰ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਛੇੜਛਾੜ ਹੋਈ ਹੈ, ਬੇਅਦਬੀ ਵਰਗੀਆਂ ਘਟਨਾਵਾਂ ਵਾਪਰੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਘਟਨਾ ਵਾਪਰੇ ਹੀ ਨਾ, ਇਸ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਭਾਈ ਸਿਮਰ ਸਿੰਘ ਖਾਲਸਾ ਉਹਨਾਂ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅਜਿਹਾ ਸਮੇਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਸੰਭਵ ਹੈ ਕਿ ਬੇਅਦਬੀ ਵਰਗੀ ਘਟਨਾ ਵਾਪਰੇ ਹੀ ਨਾ, ਕੀ ਕਹਿਣਾ ਚਾਹੋਗੇ? ਵੇਖੋ, ਆਮ ਤੌਰ ਦੇ ਉੱਪਰ ਜੇਕਰ ਅਸੀਂ ਵੇਖੀਏ ਬੇਅਦਬੀ ਜਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੇ, ਜਿਹੜੇ ਦੁਸ਼ਮਣ ਨੇ ਮੈਂ ਕਹਾਂਗਾ ਪਾਪੀ ਨੇ, ਉਹ ਜਾਂ ਤੇ ਅੰਗ ਜਿਹੜਾ ਹੈ ਉਹ ਫਾੜ ਕੇ ਬੇਅਦਬੀ ਕਰਦੇ ਨੇ। ਜੇਕਰ ਅਸੀਂ ਦੇਖੀਏ ਤੇ ਪਹਿਲਾਂ ਵੀ ਜਿਹੜਾ ਅੰਗ ਉਹਨਾਂ ਦੇ ਫਾੜ ਕੇ ਬੜੇ ਬੁਰੇ ਤਰੀਕੇ ਦੇ ਨਾਲ ਉਹ ਗਲੀਆਂ ਬਾਜ਼ਾਰਾਂ ਦੇ ਵਿੱਚ ਖਿਲਾਰੇ ਗਏ। ਬਹੁਤ ਦਿਲ ਨੂੰ ਦੁੱਖ ਲੱਗਦਾ ਹੈ ਕਿ ਜਦੋਂ ਸਾਡੇ ਜਾਗਤ ਜੋਤ ਨੇ ਗੁਰੂ ਗ੍ਰੰਥ ਸਾਹਿਬ ਜੀ, ਜਦੋਂ ਉਹਨਾਂ ਦੀ ਬੇਅਦਬੀ ਹੁੰਦੀ ਹੈ ਜਾਂ ਫਿਰ ਕਈ ਥਾਵਾਂ ਤੇ ਅੱਗ ਲਾ ਦਿੱਤੀ ਜਾਂਦੀ ਹੈ, ਜਾਂ ਫਿਰ ਬੜੀਆਂ ਥਾਵਾਂ ਦੇ ਉੱਪਰ ਜ਼ਿਕਰ ਮਿਲਦਾ ਹੈ ਕਿ ਵੀ ਪਾਣੀ ਦੇ ਕਾਰਨ, ਜਿਵੇਂ ਜੇਕਰ ਵੇਖੀਏ ਕਿ ਬੇਅਦਬੀ ਨਾ ਵੀ ਹੁੰਦੀ ਹੋਵੇ ਤੇ ਕਈ ਵਾਰ ਜਿਵੇਂ ਕਈ ਵਾਰ ਛੱਤ 'ਚ ਹੋ ਗਈ ਜਾਂ ਫਿਰ ਪਾਣੀ ਗਿਰ ਗਿਆ ਗਲਤੀ ਨਾਲ ਜਾਂ ਕੁਛ ਵੀ ਹੋ ਗਿਆ, ਜਾਂ ਫਿਰ ਆਮ ਤੌਰ ਦੇ ਉੱਪਰ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਸਾਡੀਆਂ ਥੁੱਕਾਂ ਗਿਰਦੀਆਂ ਨੇ ਉਹਦੇ ਉੱਪਰ, ਜਿਸ ਕਾਰਨ ਜਿਹੜਾ ਉਹਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜਿਹੜੇ ਨੇ ਉਹ ਜਿਹੜਾ ਪੰਨੇ ਦਾ ਬਣਿਆ ਹੁੰਦਾ, ਜੇਕਰ ਅਸੀਂ ਵੇਖੀਏ ਪੇਪਰ ਹਨਾ, ਉਹ ਜਿਹੜਾ ਹੈ ਉਹ ਗਲ ਜਾਂਦਾ ਹਲਕਾ ਜਿਹਾ ਤੇ ਉਸ ਕਾਰਨ ਹੌਲੀ ਹੌਲੀ ਕਰਕੇ ਖਰਾਬ ਜਾਂ ਫਿਰ ਹੋਰ ਵੀ ਕਈ ਸਾਰੇ ਹਨਾ। ਤੇ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਅਹਿਮੀਅਤ ਮੈਂ ਕਹਾਂਗਾ ਪੂਰੀ ਦੁਨੀਆਂ ਤੋਂ ਵੱਧ ਨੇ ਹਨਾ। ਤੇ ਉਸ ਦੇ ਲਈ ਜੇਕਰ ਵੇਖੋ, ਮੈਂ ਸਾਇੰਟਿਸਟ ਤਾਂ ਹੈ ਨਹੀਂ, ਲੇਕਿਨ ਇੱਕ ਵੀਰਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਸੀ ਜਿਸ ਕਾਰਨ ਮੈਂ ਆਪ ਜੀ ਨੂੰ ਕਿਹਾ ਸੀ ਇਸ ਵਿਸ਼ੇ ਉੱਪਰ। ਸਿੱਖ ਡਿਫੈਂਸ ਨੈਟਵਰਕ ਹੈਗਾ, ਮੈਂ ਪਹਿਲਾਂ ਜ਼ਿਕਰ ਕਰ ਦਵਾਂ ਕਿ ਵੀ ਅੱਜ ਤੋਂ ਪਹਿਲਾਂ ਲਗਭਗ 100 ਕੁ ਸਾਲ ਪਹਿਲਾਂ ਦੀ ਗੱਲ ਹੈ, ਫੌਜਾਂ ਦੇ ਵਿੱਚ ਜਦੋਂ ਬ੍ਰਿਟਿਸ਼ ਰੂਲ ਸੀ ਉਦੋਂ ਗੁਟਕਾ ਸਾਹਿਬ ਰੱਖਣ ਦੀ ਸਾਨੂੰ ਜ਼ਿਕਰ ਮਿਲਦਾ। 1 ਇੰਚੀ ਦਾ ਸਰੂਪ ਜਿਹੜਾ ਦਸਤਾਰ ਦੇ ਵਿੱਚ ਵੀ ਰੱਖਿਆ ਜਾਂਦਾ ਸੀ, ਉਹ ਛੋਟੇ ਆਕਾਰ ਦੇ ਜਿਹੜੇ ਮਹਾਰਾਜ ਦੇ ਸਰੂਪ ਹੁੰਦੇ ਸੀ ਜਾਂ ਗੁਟਕਾ ਸਾਹਿਬ ਹੁੰਦੇ ਸੀ, ਉਹ ਕੋਲ ਰੱਖਦੇ ਸੀ ਸਿੱਖ। ਲੇਕਿਨ ਸਮੇਂ ਦੌਰਾਨ ਜਿਹੜਾ ਹੈ ਉਹ ਬੜੀ ਸਾਰੀ ਘਟਨਾਵਾਂ ਵਾਪਰੀਆਂ, ਬੜੀ ਸਾਰੀ ਮੋਡੀਫਿਕੇਸ਼ਨ ਆਈਆਂ, ਜਿਸ ਕਾਰਨ ਜਿਹੜਾ ਉਹ ਕੋਲ ਰੱਖਣੇ ਬੰਦ ਕਰ ਦਿੱਤੇ ਗੁਟਕਾ ਸਾਹਿਬ ਜਾਂ ਸਰੂਪ। ਇਹ ਲਗਭਗ 100 ਤੋਂ ਵੱਧ ਸਾਲ ਬਾਅਦ ਇੱਕ ਵੀਰਦੀ ਸਿੰਘ ਜੀ ਹੋਏ ਹੈਗੇ ਨੇ ਆਪਣੇ ਸਿੱਖ ਡਿਫੈਂਸ ਨੈਟਵਰਕ UK ਦੀ ਜਿਹੜੀ ਬ੍ਰਿਟਿਸ਼ ਆਰਮੀ ਹੈ ਉਹਦੇ ਵਿੱਚ ਇੱਕ ਬਣੀ ਹੋਈ ਹੈ ਲੈਵਿਤ ਕਿ ਵੀ ਸਿੱਖ ਡਿਫੈਂਸ ਨੈਟਵਰਕ, ਜਿੰਨੇ ਵੀ ਉਹਦੇ ਸਿੱਖ ਨੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸਿੱਖ ਡਿਫੈਂਸ ਨੈਟਵਰਕ ਬਣਾਇਆ ਤੇ ਉਹਨਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ। ਇਹਦੇ ਵਿੱਚ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਹੋਰਾਂ ਦੇ ਜਦੋਂ ਮੇਰੇ ਨਾਲ ਸੰਪਰਕ ਸੀ ਕਿ ਵੀ ਸਾਰਾ ਗੜੀ ਦਾ ਅਸੀਂ ਕਾਰਜ ਕਰ ਰਹੇ ਸੀ, ਉਦੋਂ ਉਹਨਾਂ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇਹਨਾਂ ਨੇ ਪਰਮਿਸ਼ਨ ਲਿੱਤੀ ਡਿਫੈਂਸ ਸਿੱਖ ਨੈਟਵਰਕ ਨੇ ਮਿਲ ਕੇ ਕਿ ਵੀ ਜਿਹੜਾ ਇਹ ਗੁਟਕਾ ਸਾਹਿਬ ਛਾਪਿਆ ਜਾਵੇ। ਤੇ ਇਹਦੀ ਮੈਨੂੰ ਬੜੀ ਜ਼ਿਆਦਾ ਬਹੁਤ ਸੋਹਣੀ ਗੱਲ ਲੱਗੀ, ਮੈਂ ਇਹਦੇ ਦੱਸ ਦਵਾਂ। ਇੱਕ ਤੇ ਇਹ ਤੇ ਆਰਮੀ ਲਈ ਬਣਿਆ ਕਿਉਂਕਿ ਇਹਦਾ ਤੁਸੀਂ ਵੇਖ ਸਕਦੇ ਹੋ ਉਹਦਾ ਜਿਹੜਾ ਬਾਹਰ ਦਾ ਕਵਰ ਹੈ ਕਿ ਵੀ ਬਾਹਰ ਤੋਂ ਪਤਾ ਹੀ ਨਾ ਲੱਗੇ ਕਿ ਗੁਟਕਾ ਸਾਹਿਬ ਹੈ, ਕਿਉਂਕਿ ਸਿੱਖ ਦਾ ਕੁਛ ਨਹੀਂ ਪਤਾ। ਜੇਕਰ ਜੰਗ ਦੇ ਮੈਦਾਨ 'ਚ ਵੀ ਉਦੋਂ ਬਾਣੀ ਨਾ ਵਿਸਰੇ ਜੀ, ਸਿੱਖ ਜਦੋਂ ਜੰਗ ਦੇ ਮੈਦਾਨ 'ਚ ਹੈ ਉਦੋਂ ਵੀ ਬਾਣੀ ਨਾ ਵਿਸਰੇ, ਉਦੋਂ ਵੀ ਉਹਦਾ ਨਿਤਨੇਮ ਪੱਕਾ ਹੋਏ, ਇਹਦੇ ਲਈ ਉਹਨਾਂ ਨੇ ਗੁਟਕਾ ਸਾਹਿਬ ਕੀਤੇ ਤੇ ਬੜੀ ਸ਼ਲਾਘਾਯੋਗ ਕਦਮ ਹੈ। ਲੇਕਿਨ ਉਸ ਤੋਂ ਬਾਅਦ ਬੇਅਦਬੀਆਂ ਦਾ ਜਿਹੜਾ ਸਵਾਲ ਹੈ ਮੈਂ ਜ਼ਿਕਰ ਕਰ ਦਵਾਂ, ਇਹ ਪਵਿੱਤਰ ਗੁਟਕਾ ਸਾਹਿਬ ਜਿਹੜਾ ਹੈ ਉਹਦਾ ਕਵਰ ਹੈ ਜੀ, ਤੇ ਇਹ ਜਿਹੜਾ ਬੜਾ ਸੋਹਣਾ ਉਹਨਾਂ ਨੇ ਗੁਟਕਾ ਸਾਹਿਬ ਜਿਹੜਾ ਬਣਾਇਆ, ਹੁਣ ਇਹਦਾ ਮੈਂ ਬੜਾ ਸੋਹਣਾ ਇਹਦੇ ਵਿੱਚ ਬਾਣੀ ਵੀ ਲਿਖੀ, ਸਾਰਾ ਕੁਛ ਉਹਨਾਂ ਨੇ ਜ਼ਿਕਰ ਕੀਤਾ। ਸਭ ਤੋਂ ਵੱਡੀ ਗੱਲ ਹੈ ਕਿ ਇਹਦਾ ਜਿਹੜਾ ਪੇਪਰ, ਜਿਸ ਗੱਲ ਦਾ ਬੇਅਦਬੀ ਦੇ ਨਾਲ ਜਿਹੜਾ ਇਹਦਾ ਸੰਪਰਕ ਜੁੜਦਾ ਹੈ ਕਿ ਵੀ ਇਸ ਦਾ ਜਿਹੜਾ ਪੇਪਰ ਹੈ ਇਹ ਨਾ ਤੇ ਫਟ ਸਕਦਾ ਹੈ, ਨਾ ਤੇ ਇਹ ਗਿੱਲਾ ਹੋ ਸਕਦਾ, ਤੇ ਬਹੁਤ ਹੱਦ ਤੱਕ ਫਾਇਰ ਪ੍ਰੂਫ ਵੀ ਹੈਗਾ ਜੀ। ਮਤਲਬ ਨਾ ਇਹ ਪਾਣੀ ਨਾਲ ਗਿੱਲਾ ਹੁੰਦਾ, ਖਰਾਬ ਹੁੰਦਾ, ਨਾ ਇਹ ਪਾੜ ਸਕਦਾ, ਫਟ ਸਕਦਾ, ਨਾ ਤੇ ਫਾਇਰ ਪ੍ਰੂਫ ਵੀ ਹੈ, ਨਾ ਇਹਨੂੰ ਅੱਗ ਲੱਗ ਸਕਦੀ। ਭਾਵ ਕਿ ਜੇਕਰ ਬ੍ਰਿਟਿਸ਼ ਜੇਕਰ ਆਰਮੀ ਦੇ ਵਿੱਚ ਗੋਲੀਆਂ ਵੱਜਦੀਆਂ ਨੇ ਤਾਂ ਵੀ ਇਸ ਗੁਟਕਾ ਸਾਹਿਬ ਨੂੰ ਕੋਈ ਨਹੀਂ ਹੋਏਗਾ। ਅੱਛਾ, ਭਾਵ ਕਿ ਇਹਦਾ ਜਿਹੜਾ ਪੇਪਰ ਹੈ ਬਹੁਤ ਥਿਨ ਹੈਗਾ, ਬਹੁਤ ਹਾਰਡ ਹੈਗਾ, ਭਾਵ ਕਿ ਉੱਥੇ ਤੱਕ ਦਾ ਸੀਮਤ ਹੈਗਾ ਕਿ ਜੇਕਰ ਅਸੀਂ ਵੇਖੀਏ ਤੇ ਨਾ ਤੇ ਇਸ ਦੇ ਵਿੱਚ ਪਾਣੀ ਜਿਵੇਂ ਰੇਨ ਆ ਰਹੀ ਹੈ ਜਾਂ ਫਿਰ ਗੁਟਕਾ ਸਾਹਿਬ ਕੈਰੀ ਕੀਤਾ ਹੋਇਆ, ਇਹਦਾ ਪੇਪਰ ਜਿਹੜਾ ਜਿਹਦਾ ਉਹ ਖਰਾਬ ਨਹੀਂ ਹੋਏਗਾ ਕਦੀ ਵੀ ਜਦੋਂ ਵਾਟਰ ਪਏਗਾ। ਦੂਜਾ, ਜੇਕਰ ਕੋਈ ਨੂੰ ਫਾੜਨ ਦੀ ਕੋਸ਼ਿਸ਼ ਹੈ, ਫਿਰ ਅਸੀਂ ਵੇਖਦਾ ਕਈ ਵਾਰ ਨਾ ਜਾਣੇ ਅਣਜਾਣੇ ਦੇ ਵੀ ਸਾਡੇ ਤੋਂ ਭੁੱਲ ਹੋ ਜਾਂਦੀ, ਪੇਪਰ ਕਰਦੇ ਕਰਦੇ ਕੋਈ ਉੱਪਰ ਅੜ ਗਈ ਚੀਜ਼ ਜਾਂ ਕੁਛ ਹੋ ਗਿਆ, ਤੇ ਉਹ ਗਲਤੀ ਦੇ ਨਾਲ ਅਸੀਂ ਚਾਹੁੰਦੇ ਨਹੀਂ ਪਰ ਉਹ
जाने अनजाने दे विच साडे कोल हो जांदा है। ये उहदे लई मैं कहांगा बहुत ही शलाघायोग उपराला है कि जेकर इस तरीके दे पेपर्स दे उपर साहिब श्री गुरु ग्रंथ महाराज जी दी जिहड़ी पवित्र बाणी है गुरुआं दी ओह लिखी जावे ते ओहदा पुरातन स्वरूप बनाया जावे ते बहुत कुछ, क्योंकि देखो साडे कोल टेक्नोलॉजी है। अज असीं फोनां दे विचों पाठ करदे आ, गुरुद्वारियां दे विच फोन दा प्रकाश कदी नहीं हो सकदा क्योंकि पोथी नूं परमेश्वर दा थान दित्ता गया है। जेकर असीं मॉडिफिकेशन कर ली जान दे लई घोड़ियां तों असीं कारां ते आ गए ते फिर असीं गुरबाणी दे विच जिहड़ा गुरु ग्रंथ साहिब जी दे उपर टेक्नोलॉजी दा इस्तेमाल करके क्यों नहीं सुरक्षित करदे, क्यों असीं होरां दे कोल जाके रोंदे आ कि साडे गुरु ग्रंथ साहिब जी दी बेअदबी हो गई, कि साडे सिखां कोल साइंटिस्ट नहीं है, कि साडे सिखां कोल पैसा नहीं है। बेअंत पैसा गुरु साहिब ने बख्शिया, असीं कुछ भी कर सकदे आ। एडा बहुत वधिया मैं कहांगा उपराला है जिहड़ा विदेशां दे विच उहनां दे धार्मिक ग्रंथ वी इस तरीके दे पेपर्स उपर छपदे ने तां जो जाणे अणजाणे दे विच वी ते जेकर जे करना वी चाहे तां वी नहीं होएगी। ते भाई सिमर सिंह जी, क्योंकि जदों इस दी नवीं तकनीक दा इस ते इस्तेमाल कीता गया है ਤਾਂ ਇਸਦਾ ਇੱਕ ਸਾਫ ਹੈ ਕਿ ਇਸਦੇ ਉੱਪਰ ਥੋੜ੍ਹਾ ਮੋਟਾ ਜਿਹੜੇ ਕਹਿ ਲਈਏ ਖਰਚੇ ਵਗੈਰਾ ਨੇ ਉਹ ਮਾਮੂਲੀ ਵੱਧ ਹੋਣਗੇ, ਪਰ ਜੇ ਅਜਿਹਾ ਹੁੰਦਾ ਵੀ ਹੈ ਤਾਂ ਜਿੰਨੀ ਸੰਗਤ ਖਾਸ ਕਰਕੇ ਸਿੱਖ ਸੰਗਤ ਦੇ ਵਿੱਚ ਸ਼ਰਧਾ ਭਾਵਨਾ ਆਪਣੇ ਮਹਾਰਾਜ ਜੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ, ਅਤੇ ਕਿਉਂਕਿ ਇਸ ਵਕਤ ਜਦੋਂ ਇਹ ਵੀਡੀਓ ਹੈ ਸਿੰਘ ਸਾਹਿਬ ਜਿਹੜੇ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੇ ਹਰਪ੍ਰੀਤ ਸਿੰਘ ਜੀ ਕੋਲ ਵੀ ਲੈ ਕੇ ਗਏ ਸੀ, ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਕਿ ਵੀ ਅਸੀਂ ਇਸਦੇ ਉੱਪਰ ਕੰਮ ਕਰ ਰਹੇ ਹਾਂ ਜੀ। ਬੜੀ ਖੁਸ਼ੀ ਹੋ ਰਹੀ ਹੈ ਭਾਈ ਸਿਮਰ ਸਿੰਘ ਹੋਰਾਂ ਨੇ ਦੱਸਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬ ਅਕਾਲ ਤਖ਼ਤ ਸਾਹਿਬ ਜੀ, ਉਹਨਾਂ ਨੂੰ ਵੀ ਇਹਨਾਂ ਦੇ ਦਰਸ਼ਨ ਵੀ ਕਰਵਾਏ ਗਏ ਨੇ ਅਤੇ ਉਹਨਾਂ ਨੇ ਇਹ ਭਰੋਸਾ ਵੀ ਦਿੱਤਾ ਹੈ। ਅਤੇ ਜਿਹੜੇ ਪ੍ਰਧਾਨ ਨੇ ਐਸ ਜੀ ਪੀ ਸੀ ਦੇ ਜਾਂ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਿੱਖ ਸੰਸਥਾਵਾਂ ਨੇ, ਜੇਕਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਨਾਂ ਨੂੰ ਜਦੋਂ ਤਿਆਰੀ ਕਰਵਾਈ ਜਾਂਦੀ ਹੈ ਉੱਥੇ ਬੇਸ਼ੱਕ ਜਿਹੜੀ ਸੇਵਾ ਭੇਟਾ ਦਿੰਦੇ ਨੇ ਉੱਧਰ ਉਹ ਸਿੱਖ ਸੰਸਥਾਵਾਂ ਵੀ ਧਿਆਨ ਦੇਣਗੀਆਂ, ਜਾਂ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਨੇ ਉਹ ਵੀ ਜ਼ਰੂਰ ਹੈ, ਕਿਉਂਕਿ ਉਹ ਅਥਾਹ ਪਿਆਰ ਹੈ। ਪਿਆਰ ਦੀ ਕੋਈ ਕੀਮਤ ਨਹੀਂ, ਆਪਣੇ ਗੁਰੂ ਸਾਹਿਬ ਲਈ ਸੰਗਤ ਕੁਛ ਵੀ ਕਰ ਸਕਦੀ ਹੈ। ਸਭ ਤੋਂ ਵਾਧੂ ਦੇ ਗੁਰੂ ਦੀ ਬਾਣੀ ਹੈ ਜੀ। ਤਾਂ ਅਸੀਂ ਬੇਨਤੀ ਕਰਾਂਗੇ ਭਾਈ ਸਿਮਰ ਸਿੰਘ ਉਹਨਾਂ ਦੇ ਮਾਧਿਅਮ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਲਗਾ ਮਾਤਰਾ ਦੇ ਉੱਪਰ ਕਿੰਤੂ ਪਰੰਤੂ ਹੁੰਦੀ ਹੈ, ਅਕਸਰ ਸੁਣਨ ਨੂੰ ਮਿਲਦੀ ਕਿ ਗੁਰਬਾਣੀ ਦੇ ਵਿੱਚ ਛੇੜਛਾੜ ਕਾਫੀ ਜ਼ਿਆਦਾ ਹੋਈ ਹੈ, ਅਤੇ ਜੇਕਰ ਇਸ ਰੂਪ ਦੇ ਵਿੱਚ ਸੰਪੂਰਨ ਪੂਰੀ ਦੁਨੀਆਂ ਦੇ ਵਿੱਚ ਜਿੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉਹ ਇਸ ਰੂਪ ਦੇ ਵਿੱਚ ਆ ਜਾਣ, ਨਾ ਪਾਣੀ ਦਾ ਖਤਰਾ, ਨਾ ਅੱਗ ਦਾ ਖਤਰਾ, ਨਾ ਪਾੜਨ 'ਚ ਪਾੜੇ ਜਾਣ ਦਾ ਖਤਰਾ, ਅਤੇ ਇਸ ਦੇ ਨਾਲ ਨਾਲ ਜਿਹੜੇ ਪੁਰਾਣੇ ਬਿਰਧ ਸਰੂਪ ਨੇ ਉਹਨਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਸੁਧਾਈ ਕਹਿ ਲਈਏ ਹੋਏਗੀ, ਤਾਂ ਜਿਹੜੇ ਪੁਰਾਣੇ ਸਰੂਪ ਨੇ ਬਹੁਤ ਹੀ ਬਿਰਧ ਨੇ, ਅਤੇ ਜਿਵੇਂ ਬਾਬਾ ਦੀਪ ਸਿੰਘ ਜੀ ਹੋਣਾਂ ਵਾਲੀ ਬੀਟ ਦਾ ਤੁਸੀਂ ਜ਼ਿਕਰ ਕਰਦੇ ਹੁੰਦੇ ਹੋ, ਉਹਨਾਂ ਤੋਂ ਦੁਬਾਰੇ ਜਿਹੜਾ ਉਹੀ ਹੂਬਹੂ ਉਸੇ ਰੂਪ ਦੇ ਵਿੱਚ ਜਿਵੇਂ ਸੌਖੇ ਢੰਗ ਨਾਲ ਲਿਖਿਆ ਗਿਆ, ਤਾਂ ਉਸਦੇ ਵਿੱਚ ਜਿਹੜਾ ਸੁਧਾਰ ਕੀਤਾ ਗਿਆ, ਤਾਂ ਕਿ ਕੋਈ ਲਗਾਤਾਰ ਨਾ ਉਸਦੇ ਵਿੱਚ ਛੇੜਛਾੜ ਕੀਤੀ ਜਾਵੇ। ਉਹ ਸਭ ਤੋਂ ਅਥੈਂਟੀਕੇਟ ਸਰੂਪ ਨੇ ਸਾਡੇ ਕੋਲ ਬਾਬਾ ਦੀਪ ਸਿੰਘ ਜੀ ਦੇ, ਭਾਈ ਮਨੀ ਸਿੰਘ ਜੀ ਵਾਲੇ, ਅਸੀਂ ਉਹਨਾਂ ਦੇ ਸਰੂਪਾਂ ਦੇ ਆਧਾਰ ਤੇ ਉੱਪਰ ਜਿਹੜਾ ਗੁਰਬਾਣੀ ਦੀ ਸ਼ੁੱਧ ਜਾਂ ਫਿਰ ਟਕਸਾਲ ਜਿਹੜਾ ਛਾਪਦੀ ਹੈ, ਹਨਾ, ਲੜੀਵਾਰ ਜਾਂ ਫਿਰ ਉਸ ਤਰੀਕੇ ਦੇ ਨਾਲ ਜਿਹੜੇ ਪੁਰਾਤਨ ਸਰੂਪ ਨੇ ਮਹਾਰਾਜ ਦੇ, ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚੋਂ ਲੈ ਕੇ ਨਾ ਆਪਾਂ ਗੁਰਬਾਣੀ ਦੇ ਸਹੀ ਲਗਾ ਮਾਤਰਾਵਾਂ ਉਹਦੇ ਉੱਪਰ ਜਿਹੜਾ ਇਹ ਪੇਪਰ ਦੇ ਉੱਪਰ ਜੇਕਰ ਛਪਾਈਏ ਤੇ ਬਹੁਤ ਮੈਂ ਕਹਾਂਗਾ ਸੁਖਾਲਾ ਹੋ ਜਾਏਗਾ ਜੀ। ਸੋ ਇਹ ਸਨ ਭਾਈ ਸਿਮਰ ਸਿੰਘ ਖਾਲਸਾ। ਇੱਕ ਵਾਰੀ ਫਿਰ ਦੱਸ ਦੀ, ਜਿਹੜਾ ਤੁਸੀਂ ਗੁਟਕਾ ਸਾਹਿਬ ਦਰਸ਼ਨ ਕਰ ਰਹੇ ਹੋ, ਡਿਫੈਂਸ ਸਿੱਖ ਨੈਟਵਰਕ ਯੂਨਾਈਟਿਡ ਕਿੰਗਡਮ ਜਾਂ UK ਕਹਿ ਦਿੱਤਾ ਜਾਂਦਾ ਹੈ, ਉੱਥੋਂ ਦੇ ਜਿਹੜੇ ਫੌਜੀ ਜਵਾਨ ਨੇ ਉਹਨਾਂ ਨੇ ਆਪਣੀ ਇੱਕ ਲਾਇਬ੍ਰੇਰੀ ਤਿਆਰ ਕੀਤੀ ਹੈ, ਜਿਸ ਦੇ ਵਿੱਚ ਬੜੇ ਅਦਬ ਸਤਿਕਾਰ ਨਾਲ ਇਹ ਗੁਟਕਾ ਸਾਹਿਬ ਅਤੇ ਗੁਰਬਾਣੀ ਦਾ ਉੱਥੇ ਜਿੰਨੇ ਵੀ ਪੋਥੀਆਂ ਨੇ ਜਾਂ ਗੁਰਬਾਣੀ ਨਾਲ ਸੰਬੰਧਿਤ ਗੁਟਕੇ ਨੇ ਉਹ ਇਸ ਰੂਪ 'ਚ ਛਾਪੇ ਗਏ ਨੇ। ਫੀਲਡ 'ਚ ਜਾਂਦੇ ਨੇ ਉਹਨਾਂ ਸਾਰੇ ਇਸ ਨੂੰ ਕੈਰੀ ਕਰਦੇ ਨੇ ਕਿ ਜਦੋਂ ਅਸੀਂ ਫੀਲਡ 'ਚ ਹੋਈਏ ਉਦੋਂ ਆਪਣਾ ਨਿਤਨੇਮ ਕਰ ਸਕੀਏ ਜੀ। ਅਤੇ ਇਹ ਫੌਜੀ ਵੀਰਾਂ ਨੇ ਜਿਹੜਾ ਉਹਨਾਂ ਦੇ ਦਿਮਾਗ 'ਚ ਤਾਂ ਇਹ ਹੈ ਕਿ ਅਸੀਂ ਜਿੱਥੇ ਵੀ ਸੇਵਾ ਨਿਭਾਈਏ ਸਾਡਾ ਗੁਰੂ ਸਾਡੇ ਨਾਲ ਹਰ ਵੇਲੇ ਸਾਡੇ ਨਾਲ ਰਹਿਣ। ਸੋ ਇਸ ਪਿਆਰ ਨੂੰ, ਇਸ ਜਿਹੜਾ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ, ਅਤੇ ਇਸ ਗੁਟਕੇ ਦੀ ਖਾਸੀਅਤ ਜਿਹੜੀ ਹੈ ਇੱਕ ਵਾਰੀ ਫਿਰ ਦੱਸ ਦਈਏ ਕਿ ਨਾ ਅੱਗ ਲੱਗ ਸਕਦੀ ਹੈ, ਨਾ ਇਹਨਾਂ ਦੇ ਜਿਹੜੇ ਅੰਗ ਨੇ ਜਿਹੜੇ ਵਰਕੇ ਨੇ ਇਹਨਾਂ ਨੂੰ ਪਾੜਿਆ ਜਾ ਸਕਦਾ, ਨਾ ਹੀ ਇਹ ਪਾਣੀ ਨਾਲ ਗਿੱਲੇ ਹੋ ਸਕਦੇ ਨੇ, ਨਾ ਇਹ ਪਾਣੀ 'ਚ ਖਰਾਬ ਹੁੰਦੇ ਨੇ। ਸੋ ਇੰਨਾ ਜ਼ਿਆਦਾ ਸ਼ਾਨਦਾਰ ਸੁਰੱਖਿਅਤ ਹੈ, ਅਤੇ ਬੇਅਦਬੀ ਵਰਗੀਆਂ ਘਟਨਾਵਾਂ ਵੀ ਮੁੜ ਕਦੇ ਨਹੀਂ ਵਾਪਰ ਗਿਆ। ਅਤੇ ਭਾਈ ਸਿਮਰ ਸਿੰਘ ਜੀ ਹੋਰਾਂ ਬਾਰੇ ਇੱਕ ਵਾਰੀ ਫਿਰ ਜ਼ਰੂਰ, ਸਾਨੂੰ ਮਾਣ ਹੁੰਦਾ ਹੈ ਕਿਉਂਕਿ ਸਭ ਤੋਂ ਵੱਧ ਤੁਸੀਂ ਆਪਣੇ ਇਸ ਚੈਨਲ SP ਮੀਡੀਆ ਪੰਜਾਬ ਪੋਲੀਟਿਕਲ ਲਾਈਵ ਦੇ ਉੱਪਰ ਇਹਨਾਂ ਦੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ, ਅਤੇ ਉਚੇਚੇ ਤੌਰ 'ਤੇ ਜਿਹੜੇ ਸਾਡੇ ਸਿੰਘ ਸਾਹਿਬ ਨੇ, ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਪ੍ਰਧਾਨ SGPC, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ, ਉਹ ਵੀ ਉਚੇਚੇ ਤੌਰ 'ਤੇ ਦੇਖਦਿਆਂ ਨੇ, ਅਸੀਂ ਤੁਹਾਨੂੰ ਜਿਵੇਂ ਇਹ ਮਾਣਮਤੀ ਸ਼ਖਸੀਅਤ ਸਾਡੇ ਨਾਲ
इस टाइम रूबरू हो रहे हैं संगतां दे, सानू इन्होंने दर्शन देंदे ने ये, ते जदों भी असीं बेनती करने आ सानू कदी इन्होंने मना नहीं किया। ते साडी भी पूरी कोशिश है कि अपनी संगत अगे वध तो वध सिख धर्म नाल संबंधित जिहड़ी जानकारी है सटीक सही ढंग नाल पेश करिए, किसी कंट्रोवर्सी दे विच पाउणा साडा कोई इस तरह की भावना नहीं, सगों सानू संगत जेकर साडे तों कोई गलती हुंदी है खास करके साडे तो बोलदे होए सवाल करदे कुछ गलत हो जाता है संगत सानू माफ जरूर करे, बच्चे जाण के क्योंकि इंसान आखिरी साह तक भी जिहड़ा सिखदा ही रहिंदा है। तो इहो जे जिहड़े परमात्मा रूहां भेजदा है जिवें इन्हां दी उम्र 16 साल है, 11 विश्व रिकॉर्ड जित चुके ने, वड्डे वड्डे अदारे इन्हां नू आवाजा मार रहे ने कि साडे हिस्टरी नाल संबंधित जिहड़ा इतिहास नाल संबंधित विभाग है उस दे विच अपनियां सेवावां निभाओ। खैर ये अपनी एक बड़ी वड्डी लाइब्रेरी जे कह लईए जिथे सधारण आम इंसान जिहड़ा उह किताबां नू वेख के फिर हवाले देंदे ने, फिर बोलदे ने रोजाना, बेशक कुछ लैक्चर भी देने हुंदे ने, पर उत्थे एक 16 साल की उम्र कह लईए एक इंस्टीट्यूट अपने आप दे विच भाई सिमर सिंह नू एक इंस्टीट्यूट एक कॉलेज एक महाविद्यालय कह सकते हैं। भाई साहब जी समा देने लई बहुत बहुत धन्यवाद, तो बहुत तुहाडा एक बार तहे दिल तो धन्यवाद इन्नी वडमुली जानकारी लई। बहुत बहुत धन्यवाद जी, वाहिगुरु जी का खालसा वाहिगुरु जी की फतेह।